फगवाड़ा शहर के मुहला भगतपुरा विखे गली नंबर 1 के विकास की मूँह बोल की तस्वीर देखने को मिली है, जिथे कि पिछले कुछ महीनों तो सीवरेज बंद होने कारण गली नंबर 1 च गंदा पानी लोगों के घर बढ़ गया है। मीडिया नाल गलबात करद मुहला वासियों ने दसिया कि पिछले कुछ महीनों तो सीवरेज बंद होने नाल गंदा पानी गलियों में खड़ा हो गया है, जिस नाल भयानक बीमारी फैलन का खदशा बनिया होया है। उन्हां कहा कि गली नंबर 1 के हालात नरक वर्गे बने हुए हैं, लोगों को गलियों विचों लंघन लई गंदे पानी विचों ही गुजरना पैंदा है अते गंदे पानी की बदबू कारण लोगों का खाना पीना दुब्बर हो गया है। इस मौके मुहला वासियों ने अगे गलबात करदिया कहा कि यह सारा मामला मुहल्ले के MC के ध्यान में भी लिया दिता गया है। उन्होंने मीडिया के माध्यम राही प्रशासन को मांग की है कि उन्होंने इस समस्या को पहल के आधार पर हल करवाया जाए। फगवाड़ा तो शरणजीत सिंह सोनी की रिपोर्ट। की नाम अपना? मेरा नाम परमजीत सिंह है जी। हाँ जी सर, की मतलब की मसला है जड़ा मामला? आज 2-2.5 महीने हो चले जी, पानी इन्ना खड़ा होया गंदा सीवरेज का पानी, मच्छर इन्ना आ चुका है जी कि असी सदा दे रहे हैं एक बीमारी नू, ठीक है जी। तो इतने कोई भी अधिकारी नहीं आ रहा, कोई आप MC को जाने जी एक अद्धी बार कटा के चले गए, ठीक है। वो कहें जी कभी कल आएंगे परसों आएंगे, इदा ही बस करके टाइम पास करी जा रहे हैं, ठीक है जी। एक आप बीमारी में इतने सद्दा दे रहे हैं भाजी, ठीक है। अभी उच्च अधिकारियों तो भी गए हैं, वो भी कह देंगे हाँ जी बंदे भेजेंगे भेजेंगे भेजेंगे, वो अगे कह देंगे अगे ब्लॉक ही सा अगे ब्लॉक ही सा, यही करते करते कम से कम 2 महीने टप गए हैं। इस करके भी इन्ना कितने मच्छर हो चुका ना, कह नहीं सकते। छोटे छोटे बच्चे है जी स्कूलों कि जाएंगे, ठीक है। हरेक बंदा इतों गुजरता है, अकाला कट के जाता है, तो अगला सानू कहता भी आप पानी का हल कराओ। मतलब की MC ਦੇ ਧਿਆਨ ਚ ਲੈਂਦਾ ਹੈ? ਹਾਂ ਜੀ ਲੈਂਦਾ ਹੈ ਜੀ, MC ਸਾਹਿਬ ਆਉਂਦੇ ਆ। ਇੱਥੇ MC ਕੌਣ ਹੈ ਜੀ ਆਪਣੇ? ਇੱਥੇ ਵੈਸੇ ਐਸ ਦਾ ਕੋਈ ਵੀ ਐਕਟ MC ਨਹੀਂ ਹੈਗਾ, ਕਿਉਂਕਿ ਉਹਦਾ MC ਹੋਣਾ, ਉਹਦਾ MC ਹੈ ਸਰਬਜੀਤ ਕੌਰ ਹੈ ਜੀ, ਪਰਮਜੀਤ ਕੰਬੋਜ ਹੈ ਜੀ। ਕੋਈ ਇਹਨਾਂ ਦੇ ਧਿਆਨ ਚ ਲੈਂਦੀ ਹੈ ਇਸ ਗੱਲ ਨੂੰ? ਲੈਂਦੇ ਆ ਜੀ, ਬੀਬੀਆਂ ਜਾਂਦੀਆਂ ਆ ਜਾ ਕੇ, ਬਸ ਉਹ ਇੱਕ ਤਰ੍ਹਾਂ ਦਾ ਕਹਿ ਕੇ ਤੋੜ ਦਿੰਦੇ ਵੀ ਹਾਂ ਜੀ ਕੱਲ ਆਉਣਗੇ ਪਰਸੋਂ ਆਉਣਗੇ ਜੀ, ਇਦਾਂ ਕਹਿ ਕੇ ਤੋੜ ਦਿੰਦੇ। ਜਿੱਦਾਂ ਹੁਣ ਬਰਸਾਤ ਦਾ ਮੌਸਮ ਚੱਲ ਰਿਹਾ ਵਾ, ਮਤਲਬ ਕਿ ਪ੍ਰਸ਼ਾਸਨ ਮੋਰੇ ਤੁਸੀਂ ਕੀ ਮੰਗੀ ਰੱਖਣਾ ਚਾਹੁੰਦੇ ਹੋ? ਮੰਗ ਇਹੀ ਹੈ ਸਰ, ਇੱਥੇ ਪਾਣੀ ਦੇ ਹੱਲ ਕਰਾਇਆ ਜਾਵੇ, ਸੀਵਰੇਜ ਸਹੀ ਕਰਾਏ ਜਾਣ, ਅਤੇ ਇੱਥੇ ਬੁਰਾ ਹਾਲ ਹੋਇਆ ਪਿਆ। ਬਰਸਾਤਾਂ ਆ, ਪਾਣੀ ਆ, ਮੀਂਹ ਆਉਂਦਾ ਆ, ਮੀਂਹ ਹੋਰ ਇਹ ਪਾਣੀ ਹੋਰ ਖੜੂਗਾ, ਹੋਰ ਬਰਸਾਤ ਖਰਾਬ ਕਰੂਗਾ ਮਾਹੌਲ। ਜਿੱਦਾਂ ਹੁਣ ਆਪਣੇ ਕੋਈ ਰਿਸ਼ਤੇਦਾਰ ਬਾਹਰੋਂ ਆਉਂਦੇ ਜਾਂਦੇ? ਪਰਸੋਂ ਚੋਂ ਰੱਖੜੀਆਂ ਦਾ ਤਿਉਹਾਰ ਲੰਘ ਕੇ ਗਿਆ, ਕੋਈ ਰਿਸ਼ਤੇਦਾਰ ਆ ਕੇ ਗਏ ਸਾਰੇ ਜਣੇ ਆਪਾਂ ਨੂੰ ਕਹਿ ਕੇ ਗਏ ਭਰਾਵਾ ਕਿਹੜੇ ਕੰਮ ਕੀਤੇ ਆ ਜੀ, ਨਹੀਂ ਆਉਂਦੇ ਅੱਗੇ, ਇਹੀ ਕਹਿ ਕੇ ਜਾਂਦੇ ਜੀ। ਹਰਵਿੰਦਰ ਕੌਰ ਜੀ, ਕੀ ਮਾਮਲਾ ਜਿਹੜਾ ਅੱਜ ਤੁਸੀਂ ਇੱਥੇ ਮੁਹੱਲੇ ਵਾਸੀ ਇਕੱਠੇ ਹੋਏ ਆ? ਗੰਦਾ ਪਾਣੀ ਦੀ ਪ੍ਰੋਬਲਮ ਹੈ, ਦੇਖੋ ਜੀ ਲੋਕਾਂ ਨੂੰ ਦਿੱਕਤ ਹੋ ਰਹੀ ਹੈ, ਕੋਈ ਸੁਣਦਾ ਨਹੀਂ ਪਿਆ, ਸਾਰਾ ਮੁਹੱਲਾ ਜਾਣ ਤੋਂ ਕਹਿੰਦਾ ਔਖਾ ਹੋਇਆ। ਅਸੀਂ ਲੋਕਾਂ ਨੂੰ ਆਪਣੇ ਘਰਾਂ ਵਿੱਚ ਦੀ ਨਗਾ ਲਗਾ ਕੇ ਸਗੋਂ ਆਪ ਪਰੇਸ਼ਾਨ ਹੋ ਗਏ ਆ, ਕਿੰਨਾ ਕੁ ਵਾਰੀ ਅਸੀਂ ਨਗਾਈਏ, ਸਾਰਾ ਪਰੇਸ਼ਾਨ, ਪਾਣੀ ਦੀ ਜਿਹੜੀ ਇੰਨੀ ਦਿੱਕਤ ਹੋ ਰਹੀ ਆ ਸਾਨੂੰ ਲੋਕਾਂ ਤੋਂ, ਜਾਂਦੇ ਆ MC ਵੀ ਕਰਦੇ ਆ, ਪਰ ਫਿਰ ਪ੍ਰੋਬਲਮ ਇਹ ਖੜੀ ਹੋ ਜਾਂਦੀ ਆ। ਪਰ ਉਹਨਾਂ ਨੂੰ ਸੋਚਣਾ ਚਾਹੀਦਾ, ਦੇਖੋ ਮੁਹੱਲੇ ਦੀ ਕੋਈ ਬਿਮਾਰੀ ਲੱਗੂ, ਕੋਈ ਬੱਚਾ ਬਿਮਾਰ ਹੋਊਗਾ, ਹੈ ਨਾ, ਦੇਖੋ ਉਹਨਾਂ ਨੂੰ ਸੋਚਣਾ ਚਾਹੀਦਾ, ਆਣ ਕੇ ਉਹਨਾਂ ਨੂੰ ਕੁਛ ਹੱਲ ਕਰਨਾ ਚਾਹੀਦਾ ਪਾਣੀ ਬਾਰੇ। ਇੱਕ ਮਤਲਬ ਕਿ ਤੁਸੀਂ ਉੱਚ ਅਧਿਕਾਰੀ ਦੇ ਮਤਲਬ ਕਿ ਲਿਆਂਦਾ ਧਿਆਨ ਚ? ਹਾਂਜੀ ਲਿਆਂਦਾ ਜੀ, ਸਾਰੇ ਆਏ ਆ, ਸਾਰਿਆਂ ਨੇ ਕੀਤਾ, ਪਰ ਫਿਰ ਪ੍ਰੋਬਲਮ ਸ਼ੁਰੂ ਹੋ ਗਈ, ਪਰ ਇਹਦਾ ਇੱਕ ਵਾਰੀ ਹੱਲ ਕੀਤਾ ਜਾਵੇ। ਇੱਥੇ ਦੇ MC ਕੌਣ ਹੈ ਜੀ ਆਪਣੇ? ਸਰਬਜੀਤ ਕੌਰ ਜੀ, ਤਾਂ ਇੱਕ ਉਹਨਾਂ ਦੇ ਧਿਆਨ ਚ ਲਿਆਂਦਾ? ਹਾਂਜੀ ਲਿਆਂਦਾ ਜੀ, ਉਹ ਵੀ ਵਿਚਾਰਿਆਂ ਨੇ ਕਰਵਾਇਆ, ਉਹ ਵੀ ਕਿੰਨਾ ਕਾਲਣ ਭਾਜੀ, ਉਹਨਾਂ ਤੋਂ ਨਹੀਂ ਹੁੰਦਾ ਤਾਂ ਉਹਨਾਂ ਨੂੰ ਉੱਪਰ ਵੀ ਕਹਿ ਕੇ ਆਏ। ਉਹ ਦੂਜੇ MC ਕੌਣ ਹੈ ਜੀ? ਪਰਮਜੀਤ ਕੰਬੋਜ। ਉਹਨਾਂ ਨੇ ਵੀ ਗੱਲ ਕੀਤੀ ਜੀ, ਉਹਨਾਂ ਨੇ ਵੀ ਕਰਵਾਇਆ 2-3 ਵਾਰੀ, ਐਵੇਂ ਨਹੀਂ ਕਹਿਣਾ, ਸਰਬਜੀਤ ਨੇ ਵੀ ਕਰਵਾਇਆ, ਪਰ ਹੁਣ ਦੁਬਾਰਾ ਫੇਰ ਹੋ ਜਾਣਾ। ਕਿੰਨੇ ਨੰਬਰ ਗਲੀ ਪੈਂਦੀ ਹੈ ਜੀ ਆਪਣੀ? ਇੱਕ ਨੰਬਰ ਗਲੀ ਭਗਤਪੁਰਾ, ਇੱਕ ਨੰਬਰ ਗਲੀ 'ਚ, ਇਹ ਦੇਖੋ ਹਾਲ ਆ ਉਹਨਾਂ ਵਿਚਾਰਿਆਂ ਦਾ, ਘਰ ਦਾ ਹਾਲ ਦੇਖੋ, ਜਿਹਨਾਂ ਨੇ ਰੋਟੀ ਪਾਣੀ ਖਾਣਾ ਇਹਨਾਂ ਦੇ ਘਰ 'ਚ, ਦੇਖੋ ਬਿਮਾਰੀ ਲੱਗ। ਕਿੰਨੀ ਦੇਰ ਤੋਂ ਆਪਾਂ ਨੂੰ ਪਰੇਸ਼ਾਨੀ? ਇਹ 2 ਮਹੀਨੇ ਹੋ ਗਏ, 3 ਮਹੀਨੇ ਤੋਂ ਇਹੀ ਪ੍ਰੋਬਲਮ ਚੱਲ ਰਹੀ ਹੈ। ਤੇ ਕੋਈ ਆਇਆ ਇੱਥੇ? ਆਉਂਦੇ ਆ, ਘਰ ਆ ਜਾਂਦੀ ਆ, ਫੇਰ ਹੱਲ ਹੋ ਜਾਂਦਾ, ਕੋਈ ਇਹਨਾਂ ਦਾ ਕੋਈ ਜ਼ਰੂਰੀ ਨਹੀਂ ਵੀ ਦੂਰ ਤੋਂ। ਇਹ ਸੀਵਰੇਜ ਦਾ ਪਾਣੀ ਹੈ ਜਾਂ ਗਟਰ ਦਾ ਪਾਣੀ? ਇਹ ਸੀਵਰੇਜ ਮੂਹਰੇ ਬੰਦ ਹੋਇਆ ਜੀ। ਕਲਵੰਤ ਕੌਰ ਜੀ, ਕੀ ਮਾਮਲਾ ਅੱਜ ਤੁਸੀਂ ਭਗਤਪੁਰੇ ਵਿੱਚ ਇੱਥੇ ਖੜੇ ਆ? ਪਾਣੀ 'ਚ ਖੜੇ ਹੋਏ ਆ, ਸਾਡੇ ਤੇ ਅੰਦਰ ਪਾਣੀ ਗਿਆ ਹੋਇਆ, ਕੋਈ ਹਸਲਾ ਮਲ ਹੋਣ ਨਹੀਂ ਡਿਆ ਦਾ, ਕੱਢਣ ਆਉਂਦੇ ਆ, ਕੱਢ ਕੇ ਜਾਂਦੇ ਨਹੀਂ ਹੈਗੇ। ਬਹੁਤ ਵਾਰੀ ਅਸੀਂ ਫੋਨ ਕੀਤੇ ਸਭ ਨੂੰ, ਕੋਈ ਨਹੀਂ ਆਉਂਦਾ ਪਿਆ, ਕੋਈ ਸੁਣਾਈ ਨਹੀਂ ਹੋਣ ਡਈ ਜੀ ਸਾਡੀ। ਤੇ ਕੋਈ ਉੱਚ ਅਧਿਕਾਰੀ ਨੂੰ ਮਿਲੇ ਤੁਸੀਂ? ਹਾਂਜੀ, ਕੋਈ ਅਧਿਕਾਰੀ ਜਨ ਨੂੰ ਮਿਲੇ ਆ? ਹਾਂਜੀ, ਉਹਨਾਂ ਨੂੰ ਵੀ ਮਿਲੇ, ਕਿਹਾ ਉਹਨਾਂ ਨੂੰ ਵੀ, ਉਹ ਭੇਜਦੇ ਆ, ਫੋਨ ਕਰਦੇ ਆ, MC ਵਾਲੇ ਫੋਨ ਕਰਦੇ ਨੇ, ਉਹ ਆਉਂਦੇ ਆ, ਉਹ ਆ ਕੇ ਦੇਖ ਜਾਂਦੇ ਆ। ਇੱਥੇ ਦਾ MC ਕੌਣ?